ਇੱਕ ਰੋਡਵੇਜ਼ ਦੀ ਬੱਸ ਅਤੇ ਕਾਰ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ, ਜਿਸ ਦੇ ਕਾਰਨ ਕਈ ਸਵਾਰੀਆਂ ਜ਼ਖਮੀ ਹੋਈਆਂ ਨੇ। ਤਾਂ ਸਵਾਰੀਆਂ ਦੇ ਨਾਲ ਭਰੀ ਹੋਈ ਇਹ ਰੋਡਵੇਜ਼ ਦੀ ਬੱਸ ਦੱਸੀ ਜਾ ਰਹੀ ਹੈ, ਜਿਸ ਦੀ ਕਿ ਟੱਕਰ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਦੇ ਨਾਲ ਹੋ ਜਾਂਦੀ ਹੈ। ਹਾਲਾਂਕਿ ਇਸ ਕਾਰ ਨੂੰ ਕਿਹਾ ਜਾ ਰਿਹਾ ਕਿ ਪੁਲਿਸ ਮੁਲਾਜ਼ਮ ਚਲਾ ਰਹੇ ਸੀ, ਅਤੇ ਇਸ ਕਾਰ ਦੀ ਸਪੀਡ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਕਿ 170 ਦੀ ਸਪੀਡ 'ਤੇ ਕਾਰ ਆ ਰਹੀ ਸੀ, ਅਤੇ ਆਉਂਦੇ ਸਾਰ ਹੀ ਕਿਹਾ ਜਾ ਰਿਹਾ ਕਿ ਸਿੱਧਾ ਬੱਸ ਦੇ ਵਿੱਚ ਵੱਜਦੀ ਹੈ, ਜਿਸ ਦੇ ਕਾਰਨ ਗੱਡੀ ਜੋ ਹੈ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ, ਚਕਨਾ ਚੂਰ ਹੋ ਗਈ ਹੈ। ਗੱਡੀ ਦੇ ਏਅਰ ਬੈਗ ਵੀ ਖੁੱਲ੍ਹਦੇ ਨੇ, ਪਰ ਕਿਹਾ ਜਾ ਰਿਹਾ ਕਿ ਏਅਰ ਬੈਗ ਵੀ ਫਟ ਜਾਂਦੇ ਨੇ। ਹਾਲਾਂਕਿ ਜੋ ਜ਼ਖਮੀ ਪੁਲਿਸ ਮੁਲਾਜ਼ਮ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ। ਤਾਂ ਰੋਡਵੇਜ਼ ਦੀ ਬੱਸ ਜੋ ਹੈ ਉਹ ਸਿੱਧਾ ਹੀ ਕਾਰ ਦੇ ਨਾਲ ਜਾ ਟਕਰਾਈ ਹੈ। ਕਿਹਾ ਜਾ ਰਿਹਾ ਕਿ ਸੜਕ ਦੇ ਉੱਤੇ ਕਾਫੀ ਖੱਡੇ ਪਏ ਹੋਏ ਨੇ, ਜਦੋਂ ਖੱਡਿਆਂ ਤੋਂ ਬਚਾਉਣ ਦੇ ਲਈ ਕਾਰ ਦਾ ਕੱਟ ਮਾਰਿਆ ਗਿਆ, ਤਾਂ ਓਵਰ ਸਪੀਡ ਹੋਣ ਦੇ ਕਾਰਨ ਬੇਕਾਬੂ ਹੋ ਗਈ, ਜਾ ਕੇ ਸਿੱਧਾ ਹੀ ਬੱਸ ਦੇ ਨਾਲ ਟਕਰਾ ਗਈ ਹੈ। ਹਾਲਾਂਕਿ ਬੱਸ ਦਾ ਜੋ ਡਰਾਈਵਰ ਅਤੇ ਕੰਡਕਟਰ ਨੇ ਉਹ ਦੋਵੇਂ ਹੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ, ਅਤੇ ਉਹਨਾਂ ਨੇ ਖੁਦ ਇਸ ਹਾਦਸੇ ਦੇ ਬਾਰੇ ਦੱਸਿਆ ਕਿ ਕਾਰ ਚਾਲਕ ਦੀ ਗਲਤੀ ਕਾਰਨ ਇਹ ਵੱਡਾ ਹਾਦਸਾ ਵਾਪਰਿਆ। ਤਾਂ ਫਾਜ਼ਿਲਕਾ ਤੋਂ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ ਰੋਡਵੇਜ਼ ਦੀ ਬੱਸ ਅਤੇ ਸਾਹਮਣੇ ਤੋਂ ਆ ਰਹੀ 170 ਦੀ ਸਪੀਡ 'ਤੇ ਕਾਰ ਦੇ ਨਾਲ ਟੱਕਰ ਹੁੰਦੀ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੇ ਤਰੀਕੇ ਨਾਲ ਨੁਕਸਾਨਿਆ ਗਿਆ, ਅਤੇ ਉੱਥੇ ਗੱਡੀ ਦਾ ਅਗਲਾ ਹਿੱਸਾ ਬਿਲਕੁਲ ਪਤਾ ਹੀ ਨਹੀਂ ਲੱਗ ਰਿਹਾ ਕਿ ਆਖਰ ਗਿਆ ਕਿੱਥੇ ਹੈ। ਤਾਂ ਦੱਸ ਦਈਏ ਕਿ ਫਾਜ਼ਿਲਕਾ ਤੋਂ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ ਰੋਡਵੇਜ਼ ਦੀ ਬੱਸ ਅਤੇ ਕਾਰ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ। ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਕਿ ਇਸ ਕਾਰ ਨੂੰ ਚਲਾ ਰਿਹਾ ਸੀ, ਅਤੇ ਹੁਣ ਲੋਕਾਂ ਦੇ ਵੱਲੋਂ ਸਵਾਲ ਉਠਾਏ ਜਾ ਰਹੇ ਨੇ ਕਿ ਆਖਰ ਜੇਕਰ ਪੁਲਿਸ ਮੁਲਾਜ਼ਮ ਹੀ ਓਵਰ ਸਪੀਡ ਗੱਡੀ ਚਲਾਉਣਗੇ ਤਾਂ ਲੋਕਾਂ ਦਾ ਕੀ ਕਹਿਣਾ ਹੈ। ਤਾਂ ਦੱਸ ਦਈਏ ਕਿ ਸੜਕ ਦੇ ਉੱਤੇ ਕਾਫੀ ਟੋਏ ਬਣੇ ਹੋਏ ਨੇ, ਪਿੰਡ ਵਾਸੀਆਂ ਦਾ ਕਹਿਣਾ ਕਿ ਲਗਾਤਾਰ ਇੱਥੇ ਹਾਦਸੇ ਵਾਪਰਦੇ ਨੇ, ਪਰ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ। ਤਾਂ ਦੱਸ ਦਈਏ ਕਿ ਸੜਕ ਦੇ ਉੱਤੇ ਟੋਏ ਬਣਨ ਦਾ ਕਾਰਨ ਵੀ ਇਹ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਵਿੱਚ ਪਾਣੀ ਦੀ ਨਿਕਾਸੀ ਨਹੀਂ ਹੈ, ਜਿਸ ਦੇ ਕਾਰਨ ਪਾਣੀ ਬਰਸਾਤਾਂ ਦੇ ਵਿੱਚ ਸੜਕ 'ਤੇ ਆ ਜਾਂਦਾ ਹੈ, ਕਈ ਕਈ ਦਿਨ ਪਾਣੀ ਸੜਕ 'ਤੇ ਖੜ੍ਹਾ ਰਹਿੰਦਾ ਹੈ, ਅਤੇ ਹੁਣ ਸੜਕ ਟੁੱਟ ਚੁੱਕੀ ਹੈ। ਤਾਂ ਗੱਡੀਆਂ ਬਚਣ ਦੇ ਲਈ ਜਦੋਂ ਇੱਧਰ ਉੱਧਰ ਮੋੜਦੇ ਨੇ ਤਾਂ ਓਵਰ ਸਪੀਡ ਹੋਣ ਦੇ ਕਾਰਨ ਬੇਕਾਬੂ ਹੋ ਜਾਂਦੀ ਹੈ, ਅਤੇ ਬਿਲਕੁਲ ਠੀਕ ਉਸੇ ਤਰੀਕੇ ਦੇ ਨਾਲ ਇਹ ਵੀ ਗੱਡੀ ਦੱਸਿਆ ਜਾ ਰਿਹਾ ਕਿ ਬੇਕਾਬੂ ਹੁੰਦੀ ਹੈ ਅਤੇ ਬੱਸ ਦੇ ਨਾਲ ਸਿੱਧਾ ਜਾ ਕੇ ਟਕਰਾ ਜਾਂਦੀ ਹੈ, ਜਿਸ ਦੇ ਵਿੱਚ ਕਈ ਸਵਾਰੀਆਂ ਸਵਾਰ ਹੁੰਦੀਆਂ ਨੇ ਅਤੇ ਬੱਸ ਦੇ ਵਿੱਚ ਸਵਾਰ ਕਈ ਸਵਾਰੀਆਂ ਜ਼ਖਮੀ ਵੀ ਹੋਈਆਂ ਨੇ। ਇੱਥੇ ਰੋਜ਼ ਐਕਸੀਡੈਂਟ ਹੁੰਦੇ, ਆਪੋ ਆਪਦੇ ਪੇਸ਼ੈਂਟ ਨੂੰ ਜੋ ਡਿੱਗਦਾ ਉਹਨੂੰ ਸੱਟਾਂ ਲੱਗਦੀਆਂ, ਅਗਲੇ ਚੱਕ ਲੈ ਜਾਂਦੇ ਜੀ, ਕੋਈ ਅਧਿਕਾਰੀ ਨਹੀਂ ਇੱਥੇ ਵੇਖਦਾ, ਕੋਈ ਸੁਣਦਾ ਨਹੀਂ, ਦੇਖੋ ਐਦਾਂ ਨਹੀਂ ਖੱਡਾ ਜੀ। ਅਕਾਲ ਪਰਸੋਂ ਵੀ ਇੱਥੇ ਉੱਥੇ ਗੱਡੀ ਘੁੰਮਦੀ ਘੁੰਮਦੀ ਆਟੋਆਂ 'ਚ ਵੱਜੀ, ਮੁੱਦੀ ਹੋਈ ਚਾਰੇ ਟਾਇਰ, ਉਹ ਤਾਂ ਰਾਤੀ 1:30 ਵਜੇ ਲੁੱਕੀ ਤੋੜ ਕੇ ਅਤੇ ਲੋਕਾਂ ਨੇ ਕੱਢਿਆ ਹੈ। ਅੱਜ ਵੀ ਅਸੀਂ ਤਾਂ ਘਰੇ ਸਾਂ ਅਤੇ ਖੜਕਾ ਸੁਣ ਕੇ ਬਾਹਰ ਆਏ ਹਾਂ, ਅਤੇ ਉਵੇਂ ਹੀ ਦੱਸਦੇ ਪੈਣ ਜੀ ਸਾਰੇ ਵੀ ਉੱਥੇ ਗੱਡੀ ਟੋਏ 'ਚ ਵੱਜੀ ਜੇ ਕਾਰ, ਅਤੇ ਅੱਗੋਂ ਬੱਸ ਆਉਂਦੀ ਸੀ ਐਕਸੀਡੈਂਟ ਹੋ। ਇਹ ਨਹੀਂ ਮੈਨੂੰ ਪਤਾ ਕਿ ਕਾਰਨ ਕੀ, ਮੈਂ ਤਾਂ ਇਹ ਆਉਣਾ ਵੀ ਜਨ ਸਾਹਿਬ ਦੇ ਨੇ ਇਹ ਸਰਕਾਰਾਂ ਅਤੇ ਇਹ ਜਿਹੜੇ ਅਧਿਕਾਰੀ ਨੇ ਇਸ ਉੱਤੇ ਕਰਦੇ ਕੀ ਨਹੀਂ, ਇੰਨੀਆਂ ਇੰਨੀਆਂ ਤਨਖਾਹਾਂ ਲੈਂਦੇ ਨੇ, ਐਮਐਲਏ ਨਾਲ ਗੱਲ ਕੀਤੀ ਹੈ ਮਸਲੇ ਦੇ? ਕੋਈ ਨਹੀਂ, ਮੈਂ ਕੋਈ ਨਹੀਂ ਕੀਤੀ ਜੀ, ਮੈਂ ਝੂਠ ਨਹੀਂ ਮਾਰਨਾ, ਅਤੇ ਸਾਡੇ ਪਿੰਡੋਂ ਜਾ ਕੇ ਬੰਦੇ ਵੀ ਬੀਬੀਆਂ ਵੀ ਕਾਫੀ ਗਏ ਨੇ, ਮਿਲ ਕੇ ਆਏ ਨੇ, ਪਾਣੀ ਦੀ ਨਿਕਾਸੀ ਕੋਈ ਜੀ 2-3 ਸਾਲ ਦੀ, ਪਾਣੀ ਬਾਟੀਆਂ ਨਾਲ ਕੱਢ ਕੱਢ ਕੇ ਸੜਕੋਂ ਪਾਰ ਕੋਲੀਆਂ, ਪਾਣੀ ਨੂੰ ਤਾਂ ਛੱਡਿਆ ਜੀ, ਹਰ ਗੱਡੀ ਇੱਥੇ ਰੁਕ ਜਾਂਦੀ, ਮੈਂ ਤਾਂ ਮੇਰੀ ਸਮਝ ਤੋਂ ਬਾਹਰ ਹੈ ਜੀ, ਵੀ ਇਹ ਕਰਦੇ ਕੀ ਨੇ ਜੀ, ਜਦੋਂ ਗੱਡੀ ਹਰ ਇੱਕ ਮੁੱਖ ਮੰਤਰੀ ਦੀ ਗੱਡੀ ਜਦੋਂ ਵੇਖ ਲੈ ਕੇ ਲੰਘਦੀ, ਜਦੋਂ ਲੰਘੇ ਸੁਣਵਾਈ ਕੋਈ ਨਹੀਂ ਜੀ, ਕੋਈ ਵਹਿੰਦਾ ਹੀ ਕੋਈ ਨਹੀਂ, ਜੇ ਕੋਈ ਜਾਂਦੇ ਨੇ ਸਾਡੇ ਪਿੰਡ ਵਾਲੇ ਐਮਐਲਏ ਕੋਲ ਉਹ ਆਏ ਜੀ, ਉਹਨੇ ਵਿਸ਼ਵਾਸ ਦਵਾਇਆ ਕਰਾ ਜਾਂਗੇ, ਉਹਨੂੰ ਵਿਸ਼ਵਾਸ 'ਚ ਕੰਮ ਚੱਲ ਹੀ ਜਾਂਦਾ, ਉਹਨੇ ਤੈਨੂੰ 2.5 ਸਾਲ ਇਹਨਾਂ ਦੇ ਉੱਪਰ ਲੰਘ ਟੱਪ ਜਾਣਗੇ ਹੋਰ ਆ ਜੇ ਕੰਮ, ਇੱਕ ਡੱਕੇ ਦਾ ਨਹੀਂ ਜੀ, ਡੱਕੇ ਦਾ ਕੰਮ ਨਹੀਂ, ਸਾਡੇ ਇਸ ਤਰ੍ਹਾਂ ਆ ਵੀ ਆ ਜਿਹੜੇ ਸਾਡੇ ਟੋਏ ਨੇ ਜੀ ਟੀ ਰੋਡ ਵਾਲੇ, ਇਹ ਤਾਂ ਭਰਨ ਘੱਟੋ ਘੱਟ ਹੋਰ ਕੋਈ ਨਾ ਕਰਨ, ਗੱਡੀ ਕੋਲ ਲੁੱਕ ਕੇ ਡਰੰਮ ਲੱਗਣਾ ਹੈ, ਤੋ ਉਦਣ ਪਿੰਡਾਂ ਨੇ ਫੰਡ ਜੋੜ ਕੇ ਜੀ
ਸੌ ਸੌ ਦੋ ਦੋ ਸੌ ਪੰਜ ਪੰਜ ਸੌ ਹਜ਼ਾਰ ਦਾ ਪਿੰਡਾਂ ਨੇ ਜੋੜਿਆ। ਉਹ ਚੱਲ ਕੇ ਤੁਸੀਂ ਪੱਤਰਕਾਰ ਜੇ ਵੇਖ ਲਓ, ਅੱਧਾ ਪਾਸਾ ਜਿਹੜਾ ਸੀਮੈਂਟ ਦੇ ਬਜਰੀ ਨਾਲ ਆਪ ਭਰਿਆ ਪੈਂਦਾ ਰਿਹਾ, ਆਪ ਲੱਗ ਕੇ ਪਿੰਡੋ ਹੀ ਮਿਸਤਰੀ ਜਾ ਕੇ ਪਿੰਡੋ ਹੀ ਮਜ਼ਦੂਰ ਜਾ ਕੇ ਅੱਧੀ ਜਿਹੜੀ ਅੱਜ ਉਹਦੇ ਉਸ ਖੱਡੇ 'ਚ ਵੇਖੀ ਗੱਡੀ, ਜਿਸ ਕਰਕੇ ਆਹ ਕੰਮ ਹੋਇਆ। ਜੀ ਨਿਕਾਸੀ ਨਹੀਂ ਹੈਗੀ ਜੀ, ਉਹ ਪਾਣੀ ਉੱਥੇ ਨੀਵਾਂ ਨੇ, ਉੱਥੇ ਖੜਦਾ ਉੱਥੋਂ ਹੀ ਖੱਡੇ ਵੱਜ ਗਿਆ ਜੀ, ਖੱਡੇ ਇਵੇਂ ਹੀ ਵੱਜੇ ਤੁਹਾਡੀ ਗੱਲ ਨਾਲ ਬਿਲਕੁਲ। ਮੈਂ ਆਉਣਾ ਵੀ ਇਹ ਨੀਵਣ ਕਰਕੇ ਖੱਡੇ ਵੱਜੇ ਨੇ ਜੀ, ਅਤੇ ਉਸੇ ਕਰਕੇ ਜੀ, ਪਰ ਸੁਣਨ ਵਾਲਾ ਕੋਈ ਨਹੀਂ ਜੀ। ਮਾਮੂਲੀ ਖੱਡਾ ਜਿਹੜਾ ਐਡਾ ਬਣਿਆ ਪਿਆ ਹੈ, ਤੁਹਾਨੂੰ ਦੱਸਿਆ ਦੋ ਤਿੰਨ ਸਾਲ ਦੇ ਖੱਡਿਆਂ ਵਾਲੇ ਕੋਈ ਕਿਉਂ ਨਹੀਂ ਇਹ ਮਤਲਬ ਇੰਨਾ ਧਿਆਨ ਦਿੰਦੇ ਆ? ਇਹ ਤਾਂ ਜਾਂ ਰੱਬ ਨੂੰ ਪਤਾ ਹੈ ਜਾਂ ਇਹਨਾਂ ਅਧਿਕਾਰੀਆਂ ਨੂੰ ਪਤਾ ਹੈ। ਤਾਂ ਇਸ ਤੋਂ ਜ਼ਿਆਦਾ ਸਾਡੀ ਬੇਨਤੀ ਸਰਕਾਰ ਨੂੰ, ਅਸੀਂ ਹੱਥ ਬੰਨ ਕੇ ਬੇਨਤੀ ਕਰਨੀ ਸਾਰੇ ਪਿੰਡ ਵਾਲੇ, ਉਹ ਪਿੰਡ ਵਾਲੇ ਵੀ ਆਉਂਦੇ ਬਣੇ, ਜੇਕਰ ਦੋ ਦਿਨ ਨਾ ਹੋਇਆ ਤਾਂ ਅਸੀਂ ਇੱਥੇ ਧਰਨਾ ਵੀ ਲਾਵਾਂਗੇ, ਤਾਂ ਬਿਲਕੁਲ ਲਾਵਾਂਗੇ ਜੀ। ਸਾਰੇ ਪਿੰਡ ਵਾਲੇ ਗਰੀਬ ਗੁਰਬਾ ਹੈ, ਸਧਾਰਨ ਲੋਕ ਨੇ, ਮਿਹਨਤ ਮਜ਼ਦੂਰੀ ਵਾਲੇ ਨੇ, ਪਰ ਰੋਜ਼ ਪਰੇਸ਼ਾਨੀ ਦਿਨੇ ਰਾਤ, ਸਾਡੀਆਂ ਤਾਂ ਰੋਟੀਆਂ ਰਾਮ ਮੰਨੀਆਂ ਰਹਿੰਦੀਆਂ, ਸਾਡੇ ਭਾਂਡੇ ਐਕਸੀਡੈਂਟ ਹੋ ਗਿਆ ਤਾਂ ਮੇਰੇ ਵਰਗੇ ਗੁੱਡਾਂ ਜੁੜਿਆ ਸੀ ਟੈਂਸ਼ਨ ਹੋ ਜਾਂਦੀ। ਇੰਨਾ ਹੀ ਕਹਿੰਦਾ ਹੋਇਆ ਮੈਂ ਬੇਨਤੀ ਫਿਰ ਕਰਨਾ ਸਰਕਾਰ ਨੂੰ, ਯਾਰ ਸਾਡਾ ਇੱਕ ਪਾਣੀ ਦੀ ਨਿਕਾਸੀ ਇਹ ਘੱਟ ਹੋਏ ਸਾਡੇ ਭਰ ਦਿਓ। ਬਹੁਤ ਬਹੁਤ ਧੰਨਵਾਦੀ ਹੋਵਾਂਗੇ ਜੇ ਭਰਨਗੇ ਤਾਂ, ਫਿਰ ਅਸੀਂ ਤਾਂ ਫਿਰ ਜਿਹੜਾ ਜੀਣ ਜੀਣੇ ਪੈ ਜੀਣੇ ਪੈ। ਅੰਕਲ ਜੀ ਅਸੀਂ ਫਾਜ਼ਿਲਕਾ ਤੋਂ ਆ ਰਹੇ ਸੀ, ਅੰਮ੍ਰਿਤਸਰ ਜਾਣਾ ਸੀਗਾ, ਇੱਧਰੋਂ ਕਾਰ ਜਿਹੜੀ ਹੈ ਉਹ ਓਵਰ ਸਪੀਡ 'ਤੇ ਆ ਰਹੀ ਸੀ, ਜਿੱਥੇ ਕਾਰ ਵੱਜੀ ਹੈ ਉਹ ਤੋਂ ਪਿੱਛੇ ਉੱਕਣੀ ਹੈ ਤਕਰੀਬਨ ਕਿਲਾ ਡੇਢ ਕਿਲਾ ਵਾਰ ਦੇ, ਉੱਥੇ ਆ ਕੇ ਸਾਡੇ ਵਿੱਚ ਵੱਜੀ ਹੈ, ਗਲਤੀ ਕਾਰ ਵਾਲੇ ਦੀ ਹੈ, ਇਹ ਨੁਕਸਾਨ ਨਹੀਂ ਹੋਇਆ। ਜਿਹੜਾ ਕਾਰ ਚਲਾਉਣ ਵਾਲਾ ਸੀਗਾ ਉਹ ਭੱਜ ਚੁੱਕਿਆ, ਹੈਗੇ ਮੁਲਾਜ਼ਮ ਪੁਲਿਸ ਮੁਲਾਜ਼ਮ, ਜੇ ਪੁਲਿਸ ਮੁਲਾਜ਼ਮ ਵੀ ਇੱਦਾਂ ਕਰਨਗੇ ਓਵਰ ਸਪੀਡ 'ਤੇ ਗੱਡੀਆਂ ਚਲਾਉਣਗੇ ਤਾਂ ਫਿਰ ਆਮ ਪਬਲਿਕ ਦਾ ਕੀ ਹੋਊਗਾ? ਮੁਲਾਜ਼ਮ ਹੈਗੇ ਹੋਣਗੇ ਜੀ ਜੀ ਬਹੁਤ ਸਪੀਡ 70 ਦੀ ਸਪੀਡ 'ਤੇ ਕਾਰ, ਮੈਂ ਸਾਹਮਣੇ ਮੈਂ ਟਿਕਟਾਂ ਸੁਖੀਰੇ ਤੋਂ ਮੈਂ ਟਿਕਟਾਂ ਕੱਟ ਦਾਣਾ, ਗੱਡੀ ਆਉਣੀ ਯਾਰ ਅੰਮ੍ਰਿਤਸਰ ਜਾਣਾ ਅੱਜ ਫਾਜ਼ਿਲਕਾ ਤੋਂ ਅੰਮ੍ਰਿਤਸਰ, ਗੁਰਦੀਪ ਸਿੰਘ ਨਾਮ ਮੇਰਾ ਜੀ, ਮੈਂ ਕਨੈਕਟਰ। ਅੱਜ ਸੁਬਹਾ ਦੀ ਕਰੀਬ ਗੱਲ ਆ, ਸਾਨੂੰ ਤਲਾਹ ਮਿਲੀ ਆ ਵੀ ਪਿੰਡ ਬਾਬਾ ਬਸਤੀ ਸਰੂਪਦਾਸ ਦੇ ਨੇੜੇ ਐਕਸੀਡੈਂਟ ਹੋ ਗਿਆ, ਇੱਕ ਸਾਈਡ ਤੋਂ ਕਾਰ ਆ ਰਹੀ ਸੀਗੀ, ਇੱਕ ਸਾਈਡ ਤੋਂ ਪੰਜਾਬ ਰੋਡਵੇਜ਼ ਦੀ ਬੱਸ ਆ ਰਹੀ ਸੀਗੀ, ਇੱਥੇ ਥੋੜ੍ਹਾ ਜਿਹਾ ਸੜਕ ਦੇ ਵਿੱਚ ਥੋੜ੍ਹਾ ਜਿਹਾ ਹੋਣ ਕਰਕੇ ਉਹਦੇ ਕਰਕੇ ਇਹਨਾਂ ਦੀ ਆਪਸ ਵਿੱਚ ਲੱਗ ਗਈਆਂ ਗੱਡੀਆਂ, ਮੌਕੇ 'ਤੇ ਪਹੁੰਚੇ ਹਾਂ, ਕੁਛ ਕਾਰ ਵੀ ਚੱਲ ਰਹੀ ਹੈ, ਕੁਛ ਕੁਛ ਹੋ ਰਹੀ ਆ, ਉਹਦੇ ਮੁਤਾਬਕ ਜਿਹੜੀ ਬਣਦੀ ਹੈ ਕਾਰ ਦੀ ਬਣਦੀ। ਕੋਈ ਨਹੀਂ ਹੈਗਾ ਜਿਸ ਮੁਤਾਬਕ ਬੱਸ ਦੇ ਕੰਡਕਟਰ ਅਤੇ ਬੱਸ ਦੇ ਡਰਾਈਵਰ ਦੱਸ ਰਹੇ ਨੇ, ਸਵਾਰੀ ਦੇ ਕਿਸੇ ਦੇ ਕੋਈ ਵੀ ਮਾਲੀ ਜਾਨੀ ਨੁਕਸਾਨ ਨਹੀਂ। ਉਹ ਪੰਚਾਇਤ ਇਹਦੀ ਰਿਪੇਅਰ ਕਰ ਰਹੀ ਸੀਗੀ, ਇੱਕ ਸਾਈਡ ਤੋਂ ਪੰਚਾਇਤ ਨੇ ਰਿਪੇਅਰ ਕਰਾ ਦਿੱਤੀ ਹੈਗੀ ਆ, ਦੂਜੀ ਸਾਈਡ ਤੋਂ ਰਿਪੇਅਰ ਚੱਲ ਰਹੀ ਸੀਗੀ, ਇਹਦੇ 'ਚ ਜਿਹੜਾ ਪਿੰਡ ਦਾ ਪਾਣੀ ਪੂਣੀ ਦਾ ਨਿਕਾਸ ਨਾ ਹੋਣ ਕਰਕੇ ਕਿਤੇ ਸੜਕ ਦੇ ਥੋੜ੍ਹੇ ਜਿਹੇ ਖੱਡੇ ਦੀ ਹੈਗੀ ਆ। ਇਹ ਤਾਂ ਜੀ ਹੁਣ ਜੋ ਤਫਤੀਸ਼ ਵਿੱਚ ਸਾਹਮਣੇ ਗੱਲ ਆਏਗੀ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ ਜੀ, ਜਿਹਦਾ ਕਸੂਰ ਬਣੇਗਾ ਉਹਦੇ ਮੁਤਾਬਕ ਚੱਲੇ। ਹਾਂ ਨਹੀਂ ਜੀ, ਉਸ ਤਰ੍ਹਾਂ ਦੇ ਕੋਈ ਨੁਕਸਾਨ ਨਹੀਂ ਹੋਇਆ ਗਾ, ਗੱਡੀਆਂ ਦੋਨਾਂ ਦੇ ਨੁਕਸਾਨ ਹੋਇਆ, ਉਹ ਜੀ ਹਾਲੇ ਤੱਕ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਆਈ, ਬੱਸ ਦੀ ਸਵਾਰੀ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।